ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਤਿਹਾਸ ਲੈ ਕੇ ਆਪ ਸਿੱਖ ਸੰਗਤਾਂ ਦੇ ਸਨਮੁਖ ਹਾਜ਼ਰ ਹੋਇਆ ਹਾਂ। ਅੱਜ 13 ਜਨਵਰੀ, ਇਹ ਦਿਨ ਸਿੱਖ ਧਰਮ ਦੇ ਵਿੱਚ ਆਪਣੀ ਇੱਕ ਬੜੀ ਵੱਡੀ ਥਾਂ ਰੱਖਦਾ। ਇਹ ਉਹ ਦਿਨ ਹੈ ਜਿਸ ਦਿਨ ਪ੍ਰਥਾਈ ਅੰਗਰੇਜ਼ੀ ਸਰਕਾਰ ਦੇ ਵੱਡੇ ਵੱਡੇ ਉਹ ਹਾਕਮ ਜਿਨ੍ਹਾਂ ਨੇ ਨੈਪੋਲੀਅਨ ਵਰਗਿਆਂ ਨੂੰ ਹਰਾਇਆ ਜਾਂ ਕਹਿੰਦੇ ਕਹਾਉਂਦੇ ਸ਼ਾਸਕਾਂ ਨੂੰ ਆਪਣੇ ਪੈਰਾਂ ਥੱਲੇ ਦਬਾਇਆ ਹੋਵੇ, ਉਹਨਾਂ ਨੇ ਵੀ ਇੱਕ ਵਾਰ ਮਹਿਸੂਸ ਕੀਤਾ ਕਿ ਸੱਚੀ ਦੁਨੀਆ ਦੇ ਵਿੱਚ ਜੇ ਕਿਤੇ ਸਾਨੂੰ ਅਣਖੀਲੇ ਯੋਧੇ ਟੱਕਰੇ ਨੇ ਤਾਂ ਉਹ ਪੰਜਾਬ ਦੀ ਧਰਤੀ 'ਤੇ ਟੱਕਰੇ ਨੇ। 22 ਨਵੰਬਰ 1848 ਨੂੰ ਰਾਮਨਗਰ ਦੀ ਜੰਗ ਹੁੰਦੀ ਹੈ। ਇਹਦੇ ਵਿੱਚ ਅੰਗਰੇਜ਼ਾਂ ਦੇ ਉਹ ਦੋ ਮੁਖੀਏ ਅਫਸਰ ਹੈਵਲਾਕ ਅਤੇ ਥੈਰਿਸ, ਇਹਨਾਂ ਦੋਵਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਜਨਰਲ ਗੱਫ ਦੀ ਅਗਵਾਈ ਦੇ ਵਿੱਚ ਇਹ ਸਾਰੇ ਚੱਲਦੇ ਨੇ। 7 ਹਫ਼ਤੇ ਮਾਤਮ ਦੇ ਬਿਤਾਉਣ ਤੋਂ ਬਾਅਦ ਅੰਗਰੇਜ਼ਾਂ ਦੇ ਵੱਲੋਂ ਫਿਰ ਇੱਕ ਵਾਰ ਸਿੱਖਾਂ ਦੇ ਉੱਪਰ ਹਮਲਾ ਕਰਨ ਦੀ ਸੋਚੀ ਜਾਂਦੀ ਹੈ। ਪਰ ਇਸ ਵਾਰ ਇਹਨਾਂ ਦਾ ਇੱਕ ਭੁਲੇਖਾ ਜੋ ਇਹਨਾਂ ਨੇ ਮਨ ਦੇ ਵਿੱਚ ਪਾਲਿਆ ਹੋਇਆ ਸੀ ਉਹ ਗੁਰੂ ਕੇ ਸਿੱਖਾਂ ਨੇ ਕੱਢ ਦਿੱਤਾ, ਕਿਉਂਕਿ ਮੁਦਕੀ ਦੀ ਜੰਗ ਦੇ ਵਿੱਚ ਜਿਵੇਂ ਦੀ ਗਦਾਰੀ ਡੋਗਰਿਆਂ ਨੇ ਸਿੱਖਾਂ ਦੇ ਨਾਲ ਕੀਤੀ, ਜਾਂਦੇ ਹੋਏ ਸਿੱਖਾਂ ਨੂੰ ਮਰਨ ਵਾਸਤੇ ਛੱਡ ਕੇ ਗਏ, ਫਿਰ ਵੀ ਜਿੰਨੀ ਬਹਾਦਰੀ ਦੇ ਨਾਲ ਸ਼ਾਮ ਸਿੰਘ ਅਟਾਰੀ ਵਾਲੇ ਲੜੇ ਉਹ ਕਹਿਣ ਕਥਨ ਤੋਂ ਬਾਹਰ ਆ। ਅੱਜ ਦੇ ਦਿਨ 13 ਜਨਵਰੀ 1849 ਨੂੰ ਚੇਲਿਆਂਵਾਲੀ ਦੇ ਵਿੱਚ ਜਨਰਲ ਗੱਫ ਦੀ ਅਗਵਾਈ ਦੇ ਵਿੱਚ ਸਰਦਾਰ ਸ਼ੇਰ ਸਿੰਘ, ਸਰਦਾਰ ਚਤਰ ਸਿੰਘ ਇਹ ਸਿੱਖ ਫੌਜਾਂ ਦੀ ਅਗਵਾਈ ਕਰਦੇ ਨੇ। ਇਹਨਾਂ ਦਾ ਆਪਸ ਦੇ ਵਿੱਚ ਯੁੱਧ ਹੁੰਦਾ ਆ। ਯੁੱਧ ਇੰਨਾ ਭਿਆਨਕ ਹੁੰਦਾ ਆ ਕਿ ਇਸ ਜੰਗ ਦੇ ਵਿੱਚ ਅੰਗਰੇਜ਼ਾਂ ਨੇ ਇੱਕ ਵੀ ਪੰਜਾਬੀ ਜਾਂ ਹਿੰਦੂ ਜਾਂ ਮੁਸਲਮਾਨ ਸਿਪਾਹੀ ਨੂੰ ਆਪਣੇ ਨਾਲ ਨਹੀਂ ਲਿਆ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਸ਼ਾਇਦ ਇਹ ਲੋਕ ਸਿੱਖਾਂ ਤੋਂ ਡਰਦੇ ਨੇ ਅਤੇ ਸਾਡੇ ਅੰਗਰੇਜ਼ ਇਹਨਾਂ ਤੋਂ ਡਰਨਗੇ ਨਹੀਂ। ਇਸ ਕਰਕੇ ਉਹਨਾਂ ਨੇ ਬਹੁਤਾਤ ਦੀ ਗਿਣਤੀ ਦੇ ਵਿੱਚ ਆਪਣੇ ਅੰਗਰੇਜ਼ ਫੌਜੀਆਂ ਨੂੰ ਹੀ ਇਸ ਜੰਗ ਦੇ ਵਿੱਚ ਵਰਤਿਆ। ਹੈਰਾਨੀ ਦੀ ਗੱਲ ਇਹ, ਇਸ ਜੰਗ ਦੇ ਮੈਦਾਨ ਦੇ ਵਿੱਚ 234 ਸੀਨੀਅਰ ਅਫਸਰ ਅੰਗਰੇਜ਼ਾਂ ਦੇ ਸਿੱਖਾਂ ਨੇ ਕੋਹ ਕੋਹ ਕੇ ਮੌਤ ਦੇ ਘਾਟ ਉਤਾਰੇ। ਗੱਲ ਇਕੱਲੀ ਇੱਥੋਂ ਤੱਕ ਹੀ ਨਹੀਂ ਸੀਮਤ, ਤਕਰੀਬਨ ਕਈ ਵਿਦਵਾਨਾਂ ਦੇ ਲਿਖਣ ਅਨੁਸਾਰ 1000 ਤੋਂ ਲੈ ਕੇ 1500 ਦੇ ਕਰੀਬ ਉਹ ਅੰਗਰੇਜ਼ੀ ਸਿਪਾਹੀ ਜਿਹੜੇ ਨਵੇਂ ਨਵੇਂ ਫੌਜ ਦੇ ਵਿੱਚ ਭਰਤੀ ਹੋਏ ਸਨ, ਗੁਰੂ ਕੀਆਂ ਫੌਜਾਂ ਨੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ, ਕਿਉਂਕਿ ਜੰਗ ਦੇ ਮੈਦਾਨ ਵਿੱਚ ਸਾਰਾ ਕੁਝ ਜਾਇਜ਼ ਹੁੰਦਾ। ਅੱਜ ਦੀ ਹਾਰ ਤੋਂ ਬਾਅਦ ਜਿੱਥੇ ਜਨਰਲ ਗੱਫ ਨੂੰ ਉਹਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ, ਵਾਪਸ ਇੰਗਲੈਂਡ ਬੁਲਾ ਲਿਆ ਜਾਂਦਾ ਆ, ਉੱਥੇ ਹੀ ਕਹਿੰਦੇ ਕਹਾਉਂਦੇ ਜਿਹੜੇ ਅੰਗਰੇਜ਼ ਸੀਨੀਅਰ ਆਫਿਸਰ ਸਨ ਉਹਨਾਂ ਨੇ ਆਪਣੇ ਵੱਲੋਂ ਆਪਣਾ ਦਰਦ ਅਤੇ ਸਿੱਖਾਂ ਦੀ ਬਹਾਦਰੀ ਨੂੰ ਜਿਵੇਂ ਬਿਆਨ ਕੀਤਾ ਆ ਉਹ ਕਹਿਣ ਕਥਨ ਤੋਂ ਬਾਅਦ ਆ। ਅੰਗਰੇਜ਼ਾਂ ਦਾ ਇੱਕ ਅਫਸਰ ਇਹ ਗੱਲ ਲਿਖਦਾ ਆ, ਜੇ ਕਿਤੇ ਸਿੱਖ ਸਰਦਾਰ ਇੱਕ ਜੰਗ ਹੋਰ ਚੇਲਿਆਂ ਵਾਲੀ ਵਰਗੀ ਲੜ ਲੈਂਦੇ ਨਾ ਤਾਂ ਅੱਜ ਸ਼ਾਇਦ ਉਦੋਂ ਹੀ 1849 ਦੇ ਵਿੱਚ ਹੀ ਅੰਗਰੇਜ਼ ਇਕੱਲਾ ਪੰਜਾਬ ਹੀ ਨਹੀਂ ਹਿੰਦੁਸਤਾਨ ਛੱਡਣ ਵਾਸਤੇ ਮਜਬੂਰ ਹੋ ਜਾਂਦੇ, ਕਿਉਂਕਿ ਜਦੋਂ ਦਾ ਅੰਗਰੇਜ਼ਾਂ ਨੇ ਹਿੰਦੁਸਤਾਨ ਵਿੱਚ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ ਸਨ ਉਸ ਦਿਨ ਤੋਂ ਲੈ ਕੇ ਅੱਜ ਤੱਕ ਐਡਾ ਵੱਡਾ ਨੁਕਸਾਨ ਇਹਨਾਂ ਨੇ ਕਦੇ ਨਹੀਂ ਝੱਲਿਆ ਸੀ। ਇਹ ਸਿਰਫ ਸਿੱਖਾਂ ਸਰਦਾਰਾਂ ਦੀ ਸੂਰਬੀਰਤਾ ਸੀ ਕਿ ਐਡੀ ਵੱਡੀ ਮਾਰ, ਐਡੀ ਵੱਡੀ ਸੱਟ ਅੰਗਰੇਜ਼ਾਂ ਨੂੰ ਸਿੱਖ ਹੀ ਮਾਰ ਸਕੇ। ਇਹ ਦਿਨ ਉਹਨਾਂ ਮਹਾਨ ਗੁਰੂ ਕੇ ਜਰਨੈਲਾਂ ਨੂੰ ਸਮਰਪਿਤ ਜਿਨ੍ਹਾਂ ਨੇ ਦੇਸ਼ ਪ੍ਰੇਮ ਨੂੰ ਸਾਹਮਣੇ ਰੱਖਦਿਆਂ, ਪੰਜਾਬੀਅਤ ਨੂੰ, ਸਿੱਖੀ ਦੇ ਗੱਲ ਨੂੰ ਸਾਹਮਣੇ ਰੱਖਦਿਆਂ ਅੰਗਰੇਜ਼ਾਂ ਦਾ ਉਹ ਹਾਲ ਕੀਤਾ ਕਿ ਉਹਨਾਂ ਨੂੰ ਮਹਿਸੂਸ ਹੋਇਆ ਕਿ ਹੈ ਕੋਈ ਇਸ ਧਰਤੀ 'ਤੇ ਜਿਹੜਾ ਸਾਨੂੰ ਵੰਗਾਰਨ ਵਾਲਾ ਹੈ, ਕਿਉਂਕਿ ਬਾਕੀ ਤਾਂ ਕੋਈ ਪੈਸੇ ਲੈ ਕੇ ਚੁੱਪ ਕਰ ਗਿਆ, ਕੋਈ ਅਹੁਦੇ ਲੈ ਕੇ ਚੁੱਪ ਕਰ ਗਿਆ, ਕੋਈ ਚੌਕੇ ਚੁੱਪ ਕਰ ਗਿਆ, ਕੋਈ ਵੇਖੇ ਚੁੱਪ ਕਰ ਗਿਆ। ਇਹ ਜਰਨੈਲ ਹੀ ਸਨ ਜਿਹੜੇ ਹਿੱਕਾਂ ਡਾ ਕੇ ਸਾਹਮਣੇ ਖਲੋਤੇ, ਇਹ ਮਰੇ ਨੇ ਨਾ ਵਿਕੇ ਨਾ ਚੁੱਕੇ। ਸਤਿਗੁਰੂ ਕਿਰਪਾ ਕਰ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।